ਸਮਾਣਾ ਨੇੜਲੇ ਪਿੰਡ ਕੁਲਾਰਾਂ ਵਿਖੇ ਲੋਕ ਸਭਾ ਹਲਕਾ ਪਟਿਆਲਾ ਦੇ ਉਮੀਦਵਾਰ ਪੰਨੀਤ ਕੌਰ ਤੇ ਵਿਧਾਇਕ ਨਿਰਮਲ ਸਿੰਘ ਦਾ ਲੋਕਾਂ ਨੇ ਜ਼ੋਰਕੇ ਵਿਰੋਧ ਕੀਤਾ। ਇਹ ਨਹੀਂ ਨਹੀਂ ਪੰਨੀਤ ਕੌਰ ਦਾ ਭਾਸ਼ਣ ਸ਼ੁਰੂ ਹੁੰਦਿਆਂ ਹੀ ਲੋਕਾਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਪੁਲਿਸ ਨੇ ਵਿਰੋਧ ਕਰਨ ਵਾਲਿਆਂ ਨੂੰ ਰੈਲੀ ਵਾਲੀ ਜਗ੍ਹਾ ਤੇ ਜਾਣ ਤੋਂ ਰੋਕ ਦਿੱਤਾ। ਗੁੱਸੇ ਵਿੱਚ ਆਏ ਪਿੰਡ ਵਾਸੀ ਦੂਜੇ ਰਸਤੇ ਰਾਹੀਂ ਰੈਲੀ ਵਾਲੀ ਜਗ੍ਹਾ ਤੇ ਪਹੁੰਚ ਗਏ ਤੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਇਸ ਕਾਰਨ ਪੰਡਾਲ ਵਿੱਚ ਹਫੜਾ ਦਫੜੀ ਮਚ ਗਈ। ਇਸ ਦੌਰਾਨ ਦੋਵਾਂ ਟੀਰਾਵਲੋਂ ਦੇਖਦਿਆਂ ਹੀ ਦੇਖਦਿਆਂ ਇੱਟਾਂ ਰੋੜਿਆਂ ਦੀ ਬ ਹੋ ਗਈ ਇਸ ਦੌਰਾਨ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ ਇਸ ਵਿਰੋਧ ਨੂੰ ਰੋਕਣ ਲਈ ਮਜਬੂਰਨ ਪੁਲਿਸ ਨੂੰ ਲਾਠੀ ਚਾਰਜ ਕਰਨਾ ਪਿਆ ਬਹੁਤ बढ़िया ਦੇਖੋ ਕਿੰਨੇ ਲੋਕ ਆਏ ਨੇ ਬਹੁਤ बढ़िया ਪ੍ਰੋਗਰਾਮ ਹੋਇਆ ਕਿੰਨੇ ਲੋਕ ਬੈਠ ਕੇ ਵਿਰੋਧ ਕਰ ਰਹੇ ਇਸੇ ਬਾਰੇ ਕੀ ਹੋ ਗਿਆ ਵਿਰੋਧ ਤਾਂ ਵਿਰੋਧ ਹੋਊਗਾ ਇੱਥੇ ਨਹੀਂ ਇੱਕ ਇੱਕ ਪਿੰਡ 'ਚ 100% ਲੋਕ ਇੱਕ ਪਾਰਟੀ ਨਾਲ ਨਹੀਂ ਬਹੁਮਤ ਸਾਡੇ ਨਾਲ ਹੈ ਕਾਂਗਰਸ ਦੇ ਨਾਲ ਹੈ ਹਾਂਜੀ